ਯਾਰ ਨਾਲੇ ਕਰਨ ਗੁਲਾਮੀ ਪਰ ਤੈ ਨਾ ਮੰਨਣ ਕਿਸੇ ਦੀ ਤੈ ਨਹੀਂ ਮੰਨਣੀ ਯਾਰ ਨਾਲ ਸੱਤ ਸਪਾ ਮੇ ਕੋਈ ਘਾਟਾ ਬਣਦੇ ਆਪਣੀ ਨਵੀਂ ਪੀੜੀ ਨੂੰ ਹਮਲਾ ਨਾਲ ਇੱਕ ਢਾਕੇ ਲੜਨਾ ਨਹੀਂ ਸਿਖਾਇਆ ਉਥੋਂ ਪੜ੍ਹਨਾ ਸਿਖਾਇਆ ਪੰਜਾਬ ਦਾ ਜਿਹੜਾ ਨੌਜਵਾਨ ਹੈ ਕੁਝ ਬੇਫਰੋਜ਼ ਕੀ ਪੈਦਾ ਹੋ ਗਏ ਹੁਣ ਉਮੀਦ ਨਹੀਂ ਰਹੀ ਕਿ ਹੁਣ ਮੈਂ ਕੀ ਕਰਾਂ ਅਸੀਂ ਉਹ ਫੇਸ ਭੁੱਲ ਗਏ ਅਸੀਂ ਬਹਿਮਾ ਭਰਮਾਂ ਚ ਪੈਣ ਲੱਗੇ ਅਸੀਂ ਮੁੜ ਕੇ ਮਟਕੀਆਂ ਦੇ ਮੱਥੇ ਠੀਕਣ ਲੱਗੇ ਅਸੀਂ ਉਹ ਪੰਜਾਬ ਭੁੱਲ ਗਏ ਜਿਹੜਾ ਪੰਜਾਬ ਉਹ ਬੋਲਦਾ ਹੋਇਆ ਕਹਿੰਦਾ ਸੀ ਖਾਨਾ ਗਾਹੀ ਦੀਵਾ ਬਾਲਦੀਆਂ ਕੀ ਲੋਚਦੀਆਂ ਕੀ ਭਾਲਦੀਆਂ ਕੀ ਰੁਸ ਗਿਆ ਤੇਰਾ ਢੋਲ ਕੁਰੇ ਜਾਂ ਸਖਣੀ ਤੇਰੀ ਝੋਲ ਕੁਰੇ ਅੱਜ ਫੇਰ ਪੰਜਾਬ ਜਿਹੜਾ ਹੈ ਉੱਭਰ ਰਿਹਾ ਹੈ ਮੈਨੂੰ ਖੁਸ਼ੀ ਹੈ ਇਸ ਦੇ ਉੱਭਰਣ ਚ ਉਨਕੋ ਦੁੱਖ ਨਹੀਂ ਆ ਕਿਉਂਕਿ ਜੇ ਪਾਣੀ ਉੱਚਲੇਗਾ ਨਹੀਂ ਤੇ ਫਿਰ ਉਹ ਗੰਦਲੀ ਖੜਾ ਰਹੇਗਾ ਉਹ ਖਰਾਬ ਹੋ ਜਾਏਗਾ ਉਹ ਸੁੱਕ ਜਾਏਗਾ ਪਿਛਲੇ 30 ਸਾਲਾਂ 'ਚ ਸਾਡਾ ਪੰਜਾਬ ਦਾ ਉਵਲ ਆਇਆ ਨਹੀਂ ਪੰਜਾਬ ਨੂੰ ਸ਼ਾਂਤ ਕਰਕੇ ਬਿਠਾਤਾ ਜਿਹਦੇ ਵਿੱਚ ਨਸ਼ੇ ਜਿਹਦੇ ਵਿੱਚ ਪ੍ਰਵਾਸ ਜਿਹਦੇ ਵਿੱਚ ਗੈਂਗਸਟਰ ਗੁੰਡਾਗਰਦੀ ਔਰਤਾਂ ਦੀ ਬੇਇੱਜ਼ਤੀ ਬੇਰਜ਼ਗਾਰੀ ਠੱਗੀ ਚੋਰੀ ਭ੍ਰਿਸ਼ਟਾਚਾਰ ਇਹ ਸਾਰਾ ਕੁਝ ਪਰਲਸਨ ਲੱਗ ਗਿਆ ਅਸੀਂ ਭੁੱਲ ਗਏ ਜੇ ਫੇਰ ਸਾਡਾ ਕੀ ਹੋ ਗਿਆ ਜਿਹੜਾ ਸਾਡਾ ਹਾਲ ਸੀ ਮੈਂ ਉਸਤੇ ਹੋਣਾ ਤੁਹਾਡੇ ਸਵਾਲ ਤੇ ਉਹ ਦੂਬਾ ਤੋ ਤ ਸਵਾਲ ਲੈਣਾ ਜਿਹੜਾ ਹਾਲ ਕਿਸੇ ਜਵਾਨੇ ਚ ਸਾਡਾ ਇਹ ਸੀ ਕਿ ਬੇ ਪ੍ਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਮੁਖੌਲਾ ਕਰਨ ਜਿਹਦੇ ਸਾਡੇ ਪੂਰਨ ਉਹਨੇ ਕਿਹਾ ਪੂਰਨ ਸਿੰਘ ਨੇ ਪਿਆਰ ਨਾਲੇ ਕਰਨ ਗੁਲਾਮੀ ਪਰ ਟੈ ਨਾ ਮੰਨਣ ਕਿਸੇ ਦੀ ਟੈ ਨਹੀਂ ਬੰਡਣੀ ਪਿਆਰ ਨਾਲ ਸੱਤਾਂ ਭਾਵੇਂ ਕੋਈ ਗਾਟਾ ਬਣਦੇ ਸੋ ਉਹ ਜਿਹੜੀ ਟੈ ਨਾ ਮੰਨ ਵਾਲਾ 30 ਸਾਲ ਸਾਡਾ ਕਿਤੇ ਗੁੰਮ ਹੋ ਗਿਆ ਅਸੀਂ ਆਪਣੀ ਪੀੜ੍ਹੀ ਨੂੰ ਇਹ ਗੱਲ ਨਹੀਂ ਸਿਖਾਈ ਅਸੀਂ ਆਪਣੀ ਪੀੜ੍ਹੀ ਨੂੰ ਭੀੜ ਤੰਤਰ ਬਣਾਤਾ ਅਸੀਂ ਭੀੜੀ ਨੂੰ ਆਪਣੀ ਨਵੀਂ ਪੀੜ੍ਹੀ ਨੂੰ ਹਮਲਾ ਨਾਲ ਇੱਕ ਢਾਕੇ ਲੜਨਾ ਨਹੀਂ ਸਿਖਾਇਆ ਉਥੋਂ ਭੱਜਣਾ ਸਿਖਾਤਾ ਇਹ ਦਿਨ ਆ ਪੰਜਾਬ ਦੀ ਜਿਹੜੀ ਗੈਰਤ ਸੀ ਪੰਜਾਬ ਦੀ ਜਿਹੜੀ ਤਾਕਤ ਸੀ ਉਹ ਕਿੱਥੇ ਚਲੀ ਗਈ ਜਿਹਦੇ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਸ ਬੇਪਰੋਸਗੀ ਪੈਦਾ ਹੋ ਗਈ ਉਹਨੂੰ ਉਮੀਦ ਨਹੀਂ ਰਹੀ ਵੀ ਹੁਣ ਮੈਂ ਕੀ ਕਰਾਂ ਉਹਨੂੰ ਦੇਸ਼ ਭਗਤੀ ਦਾ ਨਾਂ ਹੀ ਪੁੱਟ ਗਿਆ ਜਿੱਥੇ ਅਸੀਂ ਗੀਤ ਗਾਉਂਦੇ ਸੀ ਵਰਨਾ ਛੱਡਦੇ ਹੰਝੂਆਂ ਵਾਲੀਏ ਨਹੀਂ ਪੈਰ ਧਰਨਦੇ ਮੈਨੂੰ ਰਕਾਬ ਉੱਤੇ ਮੇਰੇ ਦੇਸ਼ ਤੇ ਬਣੀ ਹੈ ਭੀੜ ਭਾਰੀ ਬੈਲੀ ਟੁੱਟ ਪੈਨੇ ਪੰਜਾਬ ਉੱਤੇ ਸਰੂ ਵਰਗੀ ਜਵਾਨੀ ਕੀ ਮਫੂਕ ਨਹੀਂ ਹੈ ਜੇ ਵਹਿ ਗਏ ਪੂੰਡਾ ਕੇ ਗੁਲਾਬ ਦੇ ਗੁਲਾਬ ਉੱਤੇ ਉਹ ਪੁੱਟ ਗਿਆ ਸੀ ਅਸੀਂ ਉਹ ਫੇਜ਼ ਪੁੱਟ ਗਿਆ ਅਸੀਂ ਬਹਿਣਾ ਭਰਮਾਂ ਚ ਪੈਣ ਲੱਗੇ ਅਸੀਂ ਮੁੜ ਕੇ ਮੱਟੀਆਂ ਦੇ ਮੱਥੇ ਠੀਕਣ ਲੱਗੇ ਅਸੀਂ ਉਹ ਪੰਜਾਬ ਭੁੱਲ ਗਏ ਜਿਹੜਾ ਪੰਜਾਬ ਬੋਲਦਾ ਹੋਇਆ ਕਹਿੰਦਾ ਸੀ ਖਾਨਾ ਗਾਹੀ ਦੀਵਾ ਬਾਲ ਦੀਏ ਕੀ ਲੋਚ ਦੀਏ ਕੀ ਭਾਲ ਦੀਏ ਕੀ ਰੁਸ ਗਿਆ ਤੇਰਾ ਢੋਲ ਕੁਰੇ ਜਾਂ ਸਖਣੀ ਤੇਰੀ ਝੋਲ ਕੁਰੇ ਤੂੰ ਪੌਂਚੀ ਵਿੱਚੋਂ ਝਾੜ ਕੁਰੇ ਤੂੰ ਕਰਦੀ ਮਾਰੂ ਬੁਆਰ ਕੁਰੇ ਤੂੰ ਪੌਂਤੀ ਵਿੱਚੋਂ ਝਾੜ ਕੁਰੇ ਇੱਕ ਦੀਵੇ ਦੇ ਜਗਾਨ ਨਾਲ ਇੱਕ ਦੀਵੇ ਦੇ ਟਮਕਾਨ ਨਾਲ ਸਭ ਸੰਸੇ ਤੇਰੇ ਦੂਰ ਹੋਏ ਇੱਕ ਖੁੰਝੇ ਨੂਰੋਂ ਨੂਰ ਹੋਏ ਕੀ ਰੁਸ ਗਿਆ ਤੇਰਾ ਢੋਲ ਕੁਰੇ ਜਾਂ ਸਖਣੀ ਤੇਰੀ ਝੋਲ ਕੁਰੇ ਪਿਰੋ ਕੰਦਾ ਪਰ ਪੜ ਪੜ ਪੁਸਤਕ ਢੇਰ ਕੁੜੇ ਪਰ ਪੜ ਪੜ ਪੁਸਤਕ ਢੇਰ ਕੁੜੇ ਮੇਰਾ ਵੱਧਦਾ ਜਾਏ ਹਨੇਰ ਕੁੜੇ ਇਹ ਅਕੜ ਇਲਮ ਦੀਆਂ ਜਿੱਦਾਂ ਨੇ ਮੈਨੂੰ ਮਾਰਿਆ ਕਿਉਂ ਕੀ ਕਿੱਦਾਂ ਨੇ ਮੈਨੂੰ ਅਕੜ ਇਲਮ ਨੇ ਮਜਬੂਰ ਕਰਤਾ ਕਿਤਾਬਾਂ ਪੜਨੇ ਮਜਬੂਰ ਕਰਤਾ ਕਿ ਮੈਂ ਇਹ ਤੇ ਸਵਾਲ ਕਰਾਂ ਹਸ ਸਵਾਲ ਉਠਾਉਣੋਂ हट ਗਿਆ ਸਾਡੇ 9 ਜਾਣ ਨੂੰ ਸਵਾਲ ਹੀ ਨਹੀਂ ਉਠਾਉਣ ਦਿੱਤਾ ਜਾਂਦਾ ਔਰ ਜੇ ਕੋਈ ਸਵਾਲ ਉਠਾਉਂਦਾ ਮੈਂ ਕਹਿੰਦਾ ਸਵਾਲ ਗਲਤ ਹੋ ਸਕਦਾ ਸਵਾਲ ਠੋਣ ਤਾਂ ਦਿਓ ਤੁਸੀਂ ਉਹਦਾ ਜਵਾਬ ਅਜੀ ਸਹੀਕੇ ਨਾਲ ਦੇ ਦਿਓ ਤੁਸੀਂ ਸਵਾਲ ਨਹੀਂ ਠੋਣਾ ਬੰਦ ਕਰਤਾ ਹੁਣ ਆਪਾਂ ਦੇਖਦੇ ਨਹੀਂ ਉਹ YouTube 'ਚ ਬੈਨ ਡਾ ਦਿਓ ਜੀ ਪ੍ਰੈਸ ਤੇ ਬੈਨ ਡਾ ਦਿਓ ਜੀ ਇੱਥੇ ਨਾ ਬੋਲਣ ਦਿਓ ਜੀ ਉੱਥੇ ਨਾ ਬੋਲਣ ਦਿਓ ਜੀ ਔਰ ਜਿਹੜੀ ਸਰਕਾਰ ਆਉਂਦੀ ਆਪਦੇ ਜਰਨਲ ਦੇ ਚਲਾ ਕੇ ਉਹਨਾਂ ਤੇ ਆਪਦੀ ਕਰਾਈ ਜਾਂਦੀ ਹੈ ਬੱਲੇ ਬੱਲੇ ਤੇ ਦੂਜਿਆਂ ਨੂੰ ਦਬਕੇ ਮਰਵਾਉਂਦੀ ਹੈ ਪੈਸੇ ਦੇਣੇ ਸ਼ੁਰੂ ਕਰਨੇ ਵੀ ਐਨੇ ਪੈਸੇ ਲੈਣੋਂ ਤਾਂ ਪ੍ਰਚਾਰ ਬੰਦ ਕਰ ਦੋ ਨਹੀਂ ਆ ਕਰੋ ਸੋ ਇਹ ਜਿਹੜਾ ਹੈਗਾ ਕਿ ਤੁਸੀਂ ਕੀ ਕਿਉਂ ਕਿੱਦਾਂ ਉਹ ਜਿਹੜਾ ਸੀ ਕਹਨੇ ਆ ਇਹ ਜਦ ਤੱਕ ਤੁਸੀਂ ਸਵਾਲ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਵਿਕਾਸ ਨਹੀਂ ਕਰੋਗੇ ਚਾਹੇ ਫਲਸਫੇ ਦਾ ਵਿਕਾਸ ਹੋਵੇ ਚਾਹੇ ਉਹ ਵਿਗਿਆਨ ਹੋਵੇ ਨੂੰ ਸਮਝਣਾ ਹੋਵੇ ਚਾਹੇ ਭਾਸ਼ਾ ਦਾ ਹੋਵੇ ਚਾਹੇ ਅਰਥਚਾਰੇ ਦਾ ਹੋਵੇ ਚਾਹੇ ਰਾਜਨੀਤੀ ਦਾ ਹੋਵੇ ਚਾਹੇ ਸਮਾਜ ਦਾ ਹੋਵੇ ਵਿਕਾਸ ਤਾਂ ਸਵਾਲਾਂ ਦੇ ਵਿੱਚ ਆਉਣਾ ਹੈ ਵਿਰੋਧ ਦੇ ਵਿੱਚ ਆਉਣਾ ਹੈ ਤੁਸੀਂ ਮੈਨੂੰ ਸਵਾਲ ਹੀ ਨਹੀਂ ਕਰਦੇ ਮੈਂ ਜੋ ਕਰਤਾ ਬਤਾਉ ਡਾਕਟਰ ਤੁਸੀਂ ਸੁਣੀ ਗਏ ਹੋ ਸਕਦਾ ਤੁਹਾਨੂੰ ਕੰਪਲਿਕਸ਼ਨ ਹੋ ਜੀ ਜਿੱਦ ਤੱਕ ਇਹ ਤਾਂ ਮੇਰੇ ਤਾਂ ਦਰਦ ਹੋਣ ਲੱਗੇ ਤੁਸੀਂ ਕਰਿਆ ਸੀ ਹਾਂ ਮੇਰੇ ਤਾਂ ਖਰਚ ਹੋ ਜੀ ਜਾਂਦੀ ਆ ਫਿਰ ਮੈਂ ਦੇਖਾਂਗਾ ਵੀ ਯਾਰ ਕੋਈ ਗਲਬੜਤ ਤਾਂ ਨਹੀਂ ਹੋਗੀ ਸੋ ਸਵਾਲ ਬੰਦੇ ਨੂੰ ਚੇਤਨ ਕਰਦਾ